ਆਓ ਇੱਕ ਅਜਿਹੇ ਜੋਕਰ ਦਾ ਨਿਰਮਾਣ ਕਰੀਏ ਜੋ ਕਿ ਸੰਤੁਲਨ ਵਿੱਚ ਰਹਿ ਕੇ ਘੁੰਮਦਾ ਹੈ। ਇਸ ਲਈ ਤੁਹਾਨੂੰ ਇੱਕ ਰਬੜ ਸਲਿੱਪਰ ਦਾ ਬਣਿਆ ਗੋਲ ਮੂੰਹ, ਦੋ ਛੋਟੇ ਰਬੜ ਦੇ ਟੁਕੜੇ ਜਿਨ੍ਹਾਂ ਵਿੱਚ ਸਟੀਲ ਨਟ ਪਾਏ ਹੋਣ ਅਤੇ ਟੁੱਥਪਿਕਸ ਚਾਹੀਦੇ ਹਨ। ਸਭ ਤੋਂ ਪਹਿਲਾਂ ਪਾਈਵਟ ਨੂੰ ਗੋਲ ਰਬੜ ਦੇ ਮੂੰਹ 'ਤੇ ਜੋੜੋ, ਇਸ ਦੇ ਨਾਲ ਦੋ ਟੁੱਥਪਿਕਸ ਨੂੰ ਬਾਹਾਂ ਦੀ ਤਰ੍ਹਾਂ ਜੋੜੋ ਅਤੇ ਫਿਰ ਸਟੀਲ ਦੇ ਨਟ ਭਾਰ ਵਜੋਂ ਬਾਹਾਂ ਦੀਆਂ ਨੁੱਕਰਾਂ 'ਤੇ ਜੋੜ ਦਿਓ। ਹੁਣ ਇਸ ਫਾਈਬਰ ਨੂੰ ਬੋਤਲ ਦੇ ਢੱਕਣ 'ਤੇ ਟਿਕਾਓ। ਹੁਣ ਇਸ ਜੋਕਰ ਨੂੰ ਥੋੜ੍ਹਾ ਜਿਹਾ ਹਿਲਾਉਣ 'ਤੇ ਇਹ ਹੱਸਦਾ ਹੋਇਆ ਘੁੰਮੇਗਾ। ਇਸ ਜੋਕਰ ਨੂੰ ਘੁੰਮਾਉਣ 'ਤੇ ਇਹ ਗੋਲ ਦਾਇਰੇ ਵਿੱਚ ਨੱਚਣ ਲੱਗ ਜਾਵੇਗਾ।